ਬੇਡਾ ਬੱਕਰੀਆਂ ਛੱਡ ਕੇ ਤੋ ਕਿੱਦੇ ਟਾਪ ਗਏ ਸਾਰੇ। ਓ ਪਰਲੇ ਡੇਰੇ ਤੇ ਗਏ ਹੋ ਇਹਨੋਂ। ਯਾਰ ਅਸੀਂ ਬਹੁਤ ਉੱਚੇ ਉੱਚੇ ਨਹੀਂ ਬੈਠੇ ਹੋਏ। ਉਹਨਾਂ ਨੂੰ ਵੀ ਜ਼ਰਾ ਉਤਾ ਸੱਦੇ ਨਾ ਬੇਡਾ ਬੱਕਰੀਆਂ ਉਤਾ ਲੈ ਕੇ ਆ ਮੇਂ ਮਝੀਆਂ-ਮੁਝੀਆਂ ਮੇਰੀਆਂ ਸਾਰੀਆਂ। ਮੈਂ ਕਰਦਾ ਉਹਨਾਂ ਨੂੰ ਫੋਨ। ਤੂੰ ਕਿਸਲੇ ਕਰਸੇ ਜਿਲੇ ਰਕਸੇ ਮਾਰ ਗਏ ਉੱਥੇ। ਮੈਂ ਉਹਨੇ ਕਰਦਾ। ਤੂੰ ਕਾਰ ਯਾਰ ਫੋਨ ਉਹਨੂੰ ਕਰ ਰੋ ਨਾ ਅਕਚੌਤਰੀ ਚਾਹ ਤੂੰ ਪਿਆ ਮਰਦਾ ਹੋਰਾ ਲੈ ਕੇ ਆ। ਜਲਦੀ ਕਰ ਕੇ। ਜਲਦੀ ਕਰ ਐ ਨਾ ਜਲਦੀ ਕਿਨੇ ਕਰਦਾ ਜਲਦੀ। ਹਾਂ। ਡੰਗਰ ਤੇ ਰੱਖੇ ਦਾਈ ਵਦਨ ਤੂੰ ਕਿਦਾਈ ਵਦਨ ਚੌਧਰੇ ਤਮੈਨੋ ਕਾਲੀਆਂ ਫੱਕੀ ਵੈਂਦਾ ਹਾਂ ਹਾਂ ਆਈਦੇ ਉੱਤੇ ਆਵੇਂ ਨਾ ਤਮਾਸ਼ਾ ਆ ਆ ਸੁਣ ਲੈ ਚੌਧਰੀ ਦੀਆਂ ਗੱਲਾਂ ਮੈਥੋਂ ਨੂੰ ਸੁਣੀਆਂ ਜਾਂਦੀਆਂ ਅੱਛਾ ਬਲਦੀ ਚਬਾਲਾ ਅ ਗਾਚ ਦੀ ਗਾਚਾ ਓਏ ਹੋਰਾ ਲੈ ਕੇ ਆ ਤੈਨੂੰ ਉਹ ਹੋਰਾ ਲੈ ਕੇ ਆ ਚਾਹ ਪੀਣੀ ਹੈ ਮੈਂ ਚਲੋ ਠੀਕ ਹੈ ਠੂਕ ਮਾਂ ਠੀਕ ਹੋ ਗਿਆ ਠੀਕ ਚਲੋ ਜੀ ਉਹ ਆਂਦਾ ਪਿਆ ਬਾਈ ਠੀਕ ਹੋ ਗਿਆ ਉਹ ਮੇਰੀ ਕਰਮਾਂ ਵਾਲੀ ਸੋਹਣੀ ਕਿਦੇ ਗਈ ਉਹ ਆਇਆ ਬੂ ਰੋਜ਼ਾ ਮੈਨੂੰ ਨਾ ਉਹ ਕਰਮਾ ਲਈਏ ਇੱਥੇ ਵਧੇ ਤੇ ਆਏ ਉਹ ਕਿਧੇ ਗਈ ਏ ਆ ਜਾਂਦੀ ਉਹਨੇ ਆ ਜਾਂਦੇ ਇੱਥੇ ਕਿ ਨਹੀਂ ਆ ਜਾਂਦੀ ਉਹਨੇ ਐਸੇ ਕੋ ਬੰਦ ਛਾਂਡਾ ਡਿੰਡੋ ਢੁੰਦੇ ਕਦੀਆ ਉਹ ਲਾਇਆ ਕੇ ਯਾਰ ਮੇਰੀ ਯਾਰ ਨੂੰ ਲਾਇਆ ਕੇ ਫਿਰ ਮਾਇਆ ਨਾਲ ਕੇ ਅੱਲਾ ਮੇਰਾ ਅਗਲਾ ਹੋ ਜੀ ਚੋਰੀ ਨੋਈ ਤਾਂ ਤੁਸੀਂ ਬੁਲਾਇਆ ਮੈਨੂੰ ਬਰਤਨ ਧੋਣ ਦੀ ਤੁਸੀਂ ਦੱਸੋ ਜੀ ਕਰਮਾ ਲਈਏ ਪਹਿਲੋ ਮੈਨੂੰ ਪਾਣੀ ਦਾ ਘੋਟ ਪਿਵਾਵੇ ਨਾ ਮੋੜ ਤੈਨੂੰ ਕੋ ਹੋਰ ਦੱਸਦਾ ਮੈਂ ਇਹ ਚੋਰੀ ਸਾਹਿਬ ਸਾਰਾ ਦਿਨ ਤੁਸੀਂ ਪਾਣੀ ਪਿੰਦੇ ਰਹਿੰਦੇ ਹੋ ਨੋ ਰੋਜ਼ਾ ਤੁਸੀਂ ਰੱਖ ਦਿਨ ਤੁਸੀਂ ਬਹੁਤ ਤੰਗ ਕੀਤਾ ਹੋਇਆ ਮੈਨੂੰ ਓ ਯਾਰ ਮੈਂ ਆਪਣੀ ਸਿਹਤ ਦੇ ਮੁਤਾਬਕ ਰੋਜ਼ਾ ਰੱਖਣਾ ਹੁੰਦਾ ਤੈਨੂੰ ਕੋ ਨਹੀਂ ਪਤਾ ਇੱਕ ਆਪ ਹੁੰਦੇ ਨਾਲ ਤੁਸੀਂ ਹੋਰ ਮਸਟੰਡੇ ਇਕੱਠੇ ਕਰਕੇ ਬਿਠਾ ਲੈਂਦੇ ਮੈਂ ਨਾਲ ਰਾਸ਼ਨ ਕਿੱਥੋਂ ਲਿਆਵਾਂ ਦੱਸੋ ਮੈਨੂੰ ਹਾਂ ਇਹ ਕੀ ਤਰੀਕਾ ਤਵਾ ਡਕਲੋਰੀ ਕਰੰਦਾ ਪਾਣੀ ਲਾਇਆ ਕਦੀ ਜਾਂਦੇ ਹੋ ਉਹ ਲਾਓ ਜਨਾਬ ਅਸੀਂ ਇਥੇ ਰੱਖ ਦੇਣੇ ਆ ਨਾ ਨਹੀਂ ਪੀਓ ਇਹਨੂੰ ਪਾਣੀ ਲਾਇਆ ਨਹੀਂ ਕਰਨਾ ਇੱਕ ਰੋਜ਼ਾ ਨਹੀਂ ਰੱਖਦੇ ਸਾਰੀ ਤੁਹਾਡੀ ਕਦੀ ਚਾਹ ਪਕਾ ਦੇ ਕਦੀ ਰੋਟੀ ਪਕਾ ਦੇ ਤੁਸੀਂ ਮੈਨੂੰ ਵੇਰ ਨਹੀਂ ਸਮਝਾ ਮੈਂ ਹੋਰ ਕੁਝ ਨਹੀਂ ਕਰਨਾ ਹੁੰਦਾ ਉਹ ਗੱਲ ਸੁਣੋ ਮੇਰੀ ਦੱਸੋ ਤੂੰ ਆਈ ਹੈ ਮੇਰੀ ਦਾਰੀ ਕਰਨ ਵਾਸਤੇ اچھا ਤੇ ਆਗੂ ਪਟੂਸੀਆਂ ਕਿਉਂ ਮਰੇ ਨਹੀਂ ਮੈਂ ਇਹ ਸਾਰੇ ਦਾਰੀ ਸਾਬਨ ਵਾਲੇ ਕੁਝ ਨਾ ਤੁੰਦੀ ਨਾ ਵਿਆਹ ਕਰਨਾ ਹਾਂ ਹਾਂ ਉਹ ਗੱਲ ਸੁਣੋ ਮੇਰੀ ਕੋ ਚਾਹ ਦਾ ਗੋਟ ਲੱਪਸੀ ਦੁੱਧ ਲਿਆ ਦੇ ਹਾਂ ਓ ਮਝੀਆਂ ਗਈਆਂ ਚਰਾਣ ਤੇ ਤੇ ਦੁੱਧ ਅਗਲਾ ਕੜਿਆ ਪਿਆ ਤੇ ਤੂੰ ਜਲਦੀ ਕਰ ਚਾ ਪਕਾ ਕੇ ਦੇ ਮੈਨੂੰ ਚੌਧਰੀ ਸਾਹਿਬ ਤੁਹਾਡੋ ਕੋ ਆਏ ਚੰਗੀ ਇੱਜ਼ਤ ਹੁੰਦੀ ਹੈ ਹੁਣ ਹੋਇਆ ਕੀ ਹੈ ਯਾਰ ਜਦੋਂ ਵੀ ਆਈਦਾ ਤੇਰੀ ਘਰ ਦੇ ਸਾਡਾ ਨਾਲ ਲੜਦੇ ਰਹਿੰਦੇ ਜਾ ਤੂੰ ਸਾਨੂੰ ਰੋਕ ਦੇ ਤੇ ਜਾ ਘਰ ਦੇ ਨੂੰ ਸਮਝਾ ਕੇ ਰੱਖ ਓ ਯਾਰ ਮੈਂ ਯਾਰੇ ਕੋ ਤਰੀਕੇ ਕਰਤ ਨਹੀਂ ਨਾ ਓ ਯਾਰ ਮੈਂ ਆਪਣੇ ਸੰਗੀਆਂ ਨੂੰ ਕਿਉਂ ਛੱਡਾਂ ਤਮੜ ਘਰ ਦੇ ਨੂੰ ਸਮਝਾ ਕੇ ਰੱਖ ਹੁਣ ਮੈਂ ਉੱਥੇ ਬਵਾ ਦੇ ਸਪਰਾਂ ਜਾ ਕੇ ਇੱਕ ਸਾਈਡ ਤੇ ਗੱਲ ਸੁਣੋ ਓ ਪਹਿਲੂ ਆਉਂਦੇ ਨਹੀਂ ਯਾਰ ਓ ਠੀਕ ਪਾਲੂ ਯਾਰੋਂ ਦੇ ਬੇਲੀ ਯਾਰ ਸੱਜਣ ਤੇ ਦੁਸ਼ਮਣ ਮੋੜ ਬਾਅਦ ਵਿੱਚ ਪਿੱਛੇ ਡਿੱਠਾ ਲਿਆ ਸੀ ਤੁਹਾਡੇ ਮਗਰ ਨਾ ਘਾਰੋ ਜਿਹੜਾ ਮੇਰਾ ਘਰ ਬੜਾ ਉਹ ਵੀ ਬਾਚ ਜਾਵੇ ਚੋਪ ਰੱਖਿਆ ਉਹ ਵੀ ਬਾਚ ਜਾਵੇ ਤੇ ਬੇਲੀ ਵੀ ਰਾਜ ਜਾ ਤੇ ਸਾਡੇ ਸੋਹਣੇ ਕਰਾਂਦਾ ਪਿਆ ਮੋੜ ਸਾਡੇ ਤੇ ਕੋਈ ਇਜ਼ਤ ਰੱਖੋ ਬੜਿਆ ਗਾਲ ਸੋਣ ਮੇਰੀ ਹਾਂ ਹੁਣੇ ਫੁਲਕੇ ਪਾਣ ਨੇ ਇੱਥੇ ਬੈ ਕੇ ਤੇ ਆ ਵੇਖ ਅਸੀਂ ਕਿੱਥੋਂ ਚਾਲ ਕੇ ਆਏ ਆ ਤੇ ਕਿਹੜੀ ਜਗ੍ਹਾ ਤੇ ਆਏ ਆ ਮਾਇਆ ਨਾ ਕੀ ਆਈ ਬਾਤ ਫੁਲਕੇ ਮੈਂ ਤੈਨੂੰ ਬੜੇ ਪਕਾ ਕੇ ਦੇਣੀ ਆ ਤੂੰ ਟੈਨਸ਼ਨ ਨਾ ਲਾ ਜੋੜ ਪਾਣੀ ਵੀ ਦਿੱਤਾ ਸਾਰਾ ਤੂੰ ਫੁਲਕੇ ਤੇ ਮੰਗਦਾ ਯਾਰਾਂ ਬੇਲਿਆਂ ਨੇ ਤੇ ਬੜਾ ਪਿਆਰ ਦੇ ਪੋਤੇ ਫਿਰ ਕਦੀ ਮੈਂ ਨਾ ਪਿਆਰ ਨਾਲ ਗੱਲ ਕੀਤੀ ਏ ਤੂੰ ਓ ਸੋਹਣੀਏ ਔਰ ਤੇਰਾ ਨਾ ਕਿੰਨਾ ਪਿਆਰ ਕਰਦਾ ਕਿੰਨਾ ਕਰਾ ਸਾਬਨ ਵਾਸਤੇ ਪੈਸੇ ਮਾਰਾ ਦੋ ਦਿਨ ਤੇਰਾ ਬਲੱਡ ਕੱਟਿਆ ਰਹਿੰਦਾ ਹਾਂ ਸੁਣ ਲਓ ਓ ਗੱਲ ਸੁਣ ਮੇਰੀ ਮੇਰੇ ਯਾਰਾਂ ਬੇਲੀਆਂ ਚ ਐਡਾ ਮੈਂ ਨੂੰ ਤਵਹੀਨ ਨਾ ਕੀਤੀ ਕਾ ਹਾਲੇ ਤੂੰ ਮੇਰੇ ਯਾਰ ਨੂੰ ਦੁੱਖ ਦੁਖੀਕਾਰ ਛੱਡਿਆ ਤੇ ਅਜਣ ਦਾ ਮੇਰਾ ਇੱਕ ਹੋਰ ਆਵਣਾ ਰਾਜੂ ਜ਼ਿੰਮੇਦਾਰ ਤੇ ਇਹ ਯਾਰ ਬੇਲੀ ਤੇਰਾ ਘਰ ਜਾ ਕੇ ਸੁਖ ਲਵੇ ਲੈਣੇ ਗਰੰਭ ਆਇਆ ਉਹ ਆਵਣਾ ਲਾ ਹੁਣੇ ਆਵਣਾ ਚਲੋ ਆਜਣ ਉਹ ਦਿਨ ਆ ਵੀ ਮੋਤ ਨਾ ਆ ਆ ਤੂੰ ਫੁਲਕੇ ਤਿਆਰ ਰੱਖ ਸਾਜ ਆ ਲਵੇ ਫੁਲਕੇ ਤਾਂ ਮੈਂ ਸਾਰਿਆਂ ਨੂੰ ਪੋਣੇ ਦੇ ਬਾਣ ਕੇ ਦਾਂਗੀ ਉੱਥੇ ਘਰ ਜਾ ਕੇ ਖਾਣੀ ਇਹਨਾਂ ਨੂੰ ਹਾਂ ਅਸਲਾਮੁਅਲੈਕੁਮ ਓਏ ਆ ਸਰਕਾਰ ਬਹੁਤ ਸ਼ਾਨਦਾਰ ਕੀ ਆਲੇ ਜਨਾਬ ਸਾਰੇ ਰੰਗ ਪੀਰੇ ਆਲੇ ਮੰਮੀ ਨੋ ਠੀਕੋ ਹੋਰ ਜੀ ਉਹ ਖਲੋ ਆ ਰਾਜੂ ਇਹ ਤੇਰੀ ਕਿਦੂ ਮੰਮੀ ਆਈ ਤੂੰ ਮਾਮੀ ਜਿਹਾ ਆ ਕੇ ਤੇਰੇ ਉਦੇ ਪਰ ਆ ਬੈਠੀ ਹੋਈ ਏ ਤੇਰੇ ਕਿਦੂ ਮਾਮੀ ਹੀ ਐ ਬਾਈ ਚੌਧਰੀ ਸਾਹਿਬ ਗਲਤੀ ਹੋ ਗਈ ਜੀ ਮੈਂ ਆਣਾ ਇੱਥੇ ਬਾਉਣਾ ਇਹ ਰੋਜ਼ਾਨਾ ਤੇ ਥੋਈ ਗਲਤੀਆਂ ਆਉਂਦੀਆਂ ਨੇ ਹਲਣ ਕੋ ਜਗ੍ਹਾ ਦੇਓ ਬਵਣ ਦੀ ਯਾਰ ਐਸੇ ਬਾ ਹਏ ਹਏ ਨਹੀਂ ਨਹੀਂ ਚੌਧਰੀ ਸਾਹਿਬ ਇੱਥੇ ਭਵੇਂ ਨਾ ਇੱਥੇ ਚੌਧਰੀ ਸਾਹਿਬ ਕੀ ਹਾਲ ਐ ਮੈਂ ਆਣਾ ਆ ਤੂੰ ਵੇਖੋ ਚਾਹ ਤਾਂ ਨਹੀਂ ਪੀਣੀ ਜੀ ਆ ਬਿਲਕੁਲ ਪੀਣੀ ਐ ਚੌਧਰੀ ਸਾਹਿਬ ਕੋ ਪਾਣੀ ਪੀਣਾ ਜੀ ਆ ਪਾਣੀ ਵੀ ਪੀਣਾ ਆ ਚੱਤ ਤੂੰ ਸਾਗੀ ਖਾਣਾ ਪਿਆ 4 ਘੰਟੇ ਹੋ ਗਏ ਮੈਨੂੰ ਪਿਆਈ ਖਲਾ ਤੂੰ ਰਹਿ ਗਿਆ ਓ ਚੁੱਪ ਕਰ ਓਏ ਆ ਗੱਲ ਸੁਣ ਮੇਰੀ ਜੀ ਚੌਧਰੀ ਸਾਹਿਬ ਚੁੱਪ ਕਰਾ ਚੁੱਪ ਚੁੱਪ ਜੀ ਆ ਚੁੱਪ ਗੱਲ ਸੁਣ ਮੇਰੀ ਜੀ ਤਿੰਨ ਚਾਵਾਂ ਦੇ ਡੇਗ ਲਾ ਦੇਸਾਂ ਚਲੋ ਠੀਕ ਹੈ ਮੈਂ ਮੰਗਵਾ ਦਸੇ ਯਾਰ ਮੰਗਵਾ ਕੇ ਤੁਹਾਨੂੰ ਪਿਵਾਣਾ ਚਾ ਹੁਣ ਸਮੋਰੀ ਨੇ ਉਹ ਕਰਵਾ ਲਈਏ ਉਹ ਕੋ ਲਾਇਆ ਫੱਕਾ ਨਾ ਕਰਨ ਚਾਹ ਦਾ ਗੋੜ ਲਾਇਆ ਉਥੋਂ ਬਣਾ ਕੇ ਵੇਖ ਚੌਧਰੀ ਆਵੇਂ ਨਹੀਂ ਚੌਧਰੀ ਡੇਰੇ ਦਾ ਬੰਦਾ ਅਲੱਗ ਬੰਦਾ ਕੀ ਹੋ ਗਿਆ ਚੋਪਰ ਖਿਆ ਚੋਪਰ ਖਿਆ ਜੀ ਹਾਂ ਜੀਆ ਚੋਪਰ ਉਹ ਦੋ ਜਿਹੜੇ ਆਦਾ ਸਵੇਰ ਦਾ ਤੇ ਚੀਨੀ ਪੱਤੀ ਤੇਰੀ ਅੰਮਾ ਲਿਆ ਕੇ ਦੇਣੀ ਚਾਹ ਮੈਂ ਦੇਣੀ ਹੈ ਪਕਾ ਕੇ ਓ ਯਾਰ ਮੇਰੀ ਅੰਮਾ ਇੱਥੇ ਕੋਈ ਨਹੀਂ ਉਹ ਸ਼ੋਦੀ ਬਹੁਤ ਦੂਰ ਬੈਠੀ ਐ ਤੇ ਤੈਨੂੰ ਮਿਹਨਤ ਕਰਨੇ ਆ ਉਥੋਂ ਚਾਹ ਉਥੇ ਛੇੜੜਾਲ ਨੂੰ ਫਾੜ ਲਾ ਚਾਹ ਪੱਤੀ ਤੇ ਛੇੜੜਾਲ ਨੂੰ ਫਾੜ ਲਾ ਦੁੱਧ ਤੇ ਚਾਹ ਪਕਾ ਅਗਲੇ ਆ ਕੇ ਤੈਨੂੰ ਸ਼ਰਮ ਨਹੀਂ ਆਂਦੀ ਚੌਧਰੀ ਨੂਰੀ ਨੂਰੀ ਦੀ ਬੀਵੀ ਹੋ ਕੇ ਤੇ ਤੂੰ ਇਹ ਚੀਨੀ ਪੱਤੀ ਮੰਗਣ ਵਾਸਤੇ ਸਾਡੇ ਕੋਲ ਆਈ। ਉਹ ਇਹਨੇ ਜੱਗਾ ਨੇ ਤਾਂ ਚੀਨੀ ਪੱਤੀ ਵੀ ਨਹੀਂ ਲੈ ਕੇ ਦਿੰਦਾ। ਓ ਯਾਰ ਚਾਹ ਦਾ ਗੋਟ ਬਣਾ ਦੇ। ਓ ਤੈਨੂੰ ਕਿਸੇ ਰੱਬ ਦਾ ਨਾ ਹੈ। ਅੱਖਦਾ ਨਹੀਂ ਸਾਰੀ ਧਾੜੀ ਕਦੀ ਚਾਹ, ਕਦੀ ਸਿਗਰਟ, ਕਦੀ ਪਾਣੀ ਸਾਰੀ ਧਾੜੀ ਐਸੇ ਕੰਮ ਤੇ ਰੰਨੀ। ਕਦੀ ਰੋਜ਼ਾ ਵੀ ਲਖ ਲਿਆ ਕਰ ਕਿਉਂਕਿ ਤੇ ਖੁਦਾ ਤੈਨੂੰ ਬਖਸ਼ੇ ਦਵੇ। ਹਾਂ। ਓ ਯਾਰ ਸੁਣ ਮੇਰੀ। ਕਿਤੇ ਦਰਬਾਰ ਤੇ ਜਾ ਕੇ ਤੇ ਸਫਾਈਆਂ ਕਰਨੀਆਂ ਸ਼ੁਰੂ ਕਰਦੇ ਬਕਸ਼ਿਆਂ ਤੇ ਜਾਏਂਗਾ ਨਾ ਮੇਰੀ ਪਿਛਲੀ ਜ਼ਿੰਦਗੀ ਦੀ ਸਬਰ ਦੇ। ਸੁਣੋ ਚੌਧਰੀ ਦੀ ਸ਼ਕਲ ਐ ਰੋਜ਼ਾ ਰੱਖਣ ਵਾਲੇ ਇੱਕ ਤੂੰ ਦੂਵੇ ਰੋਜ਼ ਤੇ ਸੋਈ ਖਤਮ ਹੋ ਜਾ। ਚੱਲ ਉਹਦੀ ਸ਼ਕਲ ਨਹੀਂ ਤੇ ਫਿਰ ਤੂੰ ਹੀ ਦਾਖਲਾ ਤੇਰੀ ਸ਼ਕਲ ਦੇ ਦੇ ਨਾਲ ਵੀ ਵੱਡੀ। ਹਾਂਜੀ ਮੈਂ ਅੱਜ ਕਿਹਦੇ ਕੰਮ ਜਾਣਾ ਹੀ ਤੇ ਇਸ ਦੀ ਵੇ ਤੂੰ ਮੇਰੇ ਕੋਲ ਆਈ ਗਲਤੀ ਹੋ ਗਈ ਨਹੀਂ ਤੇ ਮੈਂ ਰੋਜ਼ਾ ਹਰੋ। ਕਿ ਤੈਨੂੰ ਘਰ ਰੋਟੀ ਨਹੀਂ ਲੱਭਦੀ? ਉਹ ਨਹੀਂ ਅੱਜ ਗਲਤੀ ਹੋ ਗਈ। ਨਹੀਂ ਨਹੀਂ ਲੱਗਦਾ ਤੈਨੂੰ ਘਰ ਰੋਟੀ ਨਹੀਂ ਲੱਭਦੀ ਤਾਂ ਤੇ ਪੱਜ ਕਿੱਧਰ ਆਣਾ? ਹਾਂ ਇਹਨੂੰ ਖਵਾ ਖਵਾ ਕੇ ਵੇਖ ਨਾ ਤਾਂ ਇਹਦਾ ਵੇਖਦਾ ਪਿਆ। ਕੁਝ ਲਮਕੇ ਹੋਏ ਤੂੰ ਵੇਖ ਨਾ। ਉਹ ਸੂਈ ਆਏ। ਹਾਂ ਤੇਰੇ ਚ ਦਾਗਾ ਮੈਂ ਦਾਗਾ ਤਾਂ ਸੂਈ ਦੇ ਪਾ ਛੜਿਆ ਪਰ ਇਹ ਤੂੰ ਵੇਖ ਰਿਹਾ ਸ਼ੋਦਨ ਇਹ ਤਾਂ ਖਵਾਂਦੀ ਕੋਈ ਨੂੰ। ਓਏ ਯਾਰ ਨੁਕੀ ਕਵਾਵਾ ਸਾਰੇ ਤਾਰੇ ਤਾਂ ਬਾਹਰ ਤੁਹਾਡੇ ਬੇਲੀਆਂ ਕੋ ਬੈਠਾ ਨੇ ਨਵੇਂ ਨੂੰ ਜੀ ਪਤਾ ਰੋਟੀ ਵੀ ਖਾ ਕੇ ਤਾਂ ਮੈਨ ਲੱਗਦਾ ਨੀ ਵਿਖਾ ਕੇ ਤਾਂ ਲੈ ਜਾਂਦੀ ਆ ਉਹ ਗੱਲ ਸੁਣੋ ਮੇਰੀ ਹਾਂ ਆ ਉਸ ਨੂੰ ਸਾਇਲ ਕਰਾ ਲਿਆ ਅੱਜ ਪਹਿਲੀ ਨੁੱਕਰ ਤੇ ਜਾ ਕੇ ਕੀ ਤੋ ਫਾਤ ਮਾ ਲਿਆ ਸਾਰੇ ਤੁਹਾਨੂੰ ਖਵਾ ਦਿੰਦਾ ਰੋਟੀ ਮਸਟੰਡਿਆਂ ਨੂੰ ਇਕੱਠਿਆ ਕਰਕੇ ਮੈਂ ਇਹਨੂੰ ਕਿਦਾਵਾ ਰੋਟੀ ਅਸੀਂ ਚੌਧਰੀ ਦੇ ਯਾਰ ਆ ਤਾਂ ਬੜੇ ਪੁਰਾਣੇ ਯਾਰ ਆ ਓਏ ਆ ਗੱਲ ਸੁਣੋ ਉਹ ਗੱਲ ਸੁਣਾ ਮੇਰੀ ਹਾਂ ਚੌਧਰੀ ਸਾਹਿਬ ਪਰਾਂ ਨਹੀਂ ਜਾਣਾ ਓਏ ਲਾ ਚੌਧਰੀ ਸਾਹਿਬ ਤੁਸੀਂ ਚਾ 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 ਕੇ ਦੇ ਇਹ ਐਡੀ ਵਿਦਾਂਤੀ ਆਤਾ ਮੈਨੂੰ ਨਹੀਂ ਚੰਗੀਆਂ ਚੌਧਰੀ ਸਾਹਿਬ ਹੋਰ ਤੁਹਾਡੇ ਨਾਲ ਸਾਨੂੰ ਪਿਆਰ ਹੋ ਗਿਆ ਤੂੰ ਚਾਹ ਕਦੇ ਹੋਵੇ ਨਾ ਇਹਨੂੰ ਮੈਨੂੰ ਚੌਧਰੀ ਸਾਹਿਬ ਉਹ ਜਿਹੜਾ ਸਾਹਮਣੇ ਮਰ ਬੈਠਾ ਤੁਹਾਡਾ ਜੀ ਆ ਜੀ ਆ ਉਹ ਕਿਹੜੇ ਮਜ਼ੇਰਾਂ ਦਿੱਤੋ ਆ ਉਹ ਯਾਰ ਬੱਕੂ ਮੁਸੱਲੀ ਨਹੀਂ ਹਾਂ ਇਹ ਹੁੰਦੇ ਦੋ ਵਿਦਾਇਨੋ ਤੇ ਤਰੀਆ ਉਹ ਆਪੇ ਤੇ ਚੌਥੀ ਹੁੰਦੀ ਇੱਕ ਟਾਂਗ ਲਮਕੀ ਹੋਈ ਏ ਮਤਲਬ ਬਲਨੀ ਹੋਈ ਏ ਹਾਂ ਗਰੀਬ ਨੂੰ ਦਿੱਤੋ ਆ ਮੈਂ ਨਹੀਂ ਇਹ ਤੇ ਤੁਸੀਂ ਬਹੁਤ ਚੰਗਾ ਕੀਤਾ ਓ ਯਾਰ ਗੱਲ ਸੁਣ ਮੇਰੀ ਹਾਂ ਚੰਗਿਆਈਆਂ ਕਰੋ ਤਬਕਸਿਓ ਸ਼ਾਬਾਸ਼ ਇਹ ਚੰਗਿਆਈਆਂ ਨਾ ਕਰਸੋ ਤੇ ਮਰਦੋ ਸਕਦੀ ਆਖ ਸੜਸਨੇ ਚੰਗਿਆਈਆਂ ਕਰੋ ਆਇ ਕਲ ਦਾ ਦੌਰ ਇਹਨੇ ਬੜਿਆਓ ਚੰਗਿਆਈਆਂ ਕਰੋ ਕਿ ਨਾ ਤੇ ਭਲੇ ਕਰੋ ਕੁਫਾ ਫਾਥੇ ਵੀ ਭਲ ਬਹੁਤ ਸੋਣਾ ਮੇਰੀ ਆ ਜਿਹੜੇ ਡੰਗਰ ਲਈ ਪਤਾ ਆਓ ਡੰਗਰ ਰਹਿਣਾ ਆ ਇਹ ਠਿਕ ਰੱਖਣਾ ਬੰਦਾ ਹੋਰ ਅਗਲੇ ਨੂੰ ਮੈਂ ਭਜਾਣਾ ਜੀ ਹਾਂ ਅਗਲਾ ਭਾਈਆ ਮੇਰੀ ਘਰੋਂ ਆਉਂਦੀ ਪੀਏ 20 ਸੀ ਉਹ ਦੁੱਧ ਕੋਈ ਨਹੀਂ ਦੇ ਜਾਂਦਾ ਸਵਾਨੀ ਤੇਰੀ ਤੇ ਜ਼ਬਾਨ ਹੈ ਜਿਵੇਂ ਕੈਂਚੀ ਹੈ ਹਾਂ ਸਵਾਨੀ ਤਰੀ ਤੇ ਜ਼ਬਾਨ ਹੈ ਜਿਵੇਂ ਕਹਿਂ ਜੀ ਉਹ ਟੋਕਾ ਬਣਾ ਕੇ ਰੱਖਾ ਉੱਥੇ ਅੱਲਾ ਦੇ ਬੰਦੇ ਆ ਵੀ ਤੇਰੇ ਮਹਿਮਾਨ ਆਂ ਅੰਦਰ ਹੁਣ ਜਿਵੇਂ ਮੈਂ ਆਇਆ ਉਹਦਾ ਨਾਂ ਕੀ ਤੇਰਾ ਬੇਲੀ ਤੇਰਾ ਯਾਰ ਠੀਕ ਹੈ ਰਾਜੂ ਤੇ ਤੇਰੀ ਸਵਾਨੀ ਸਾਡੇ ਨਾਲ ਚੰਗਾ ਕੀਤਾ ਹੁਣ ਗਾਲ ਸੁਣੋ ਮੇਰੀ ਮੈਂ ਤੇਰੇ ਗਾਲ ਦਸਾਂ ਜਿਹੜੇ ਤੇਰੇ ਡੇਰੇ ਦਣੇ ਨਾਲ ਕਿਸੇ ਮੁਸੱਲੀ ਦੇ ਡੇਰੇ ਤੇ ਵਾਗ ਜਾਣੇ ਉਹ ਤੋਂ ਕੁਸ਼ ਲਬ ਲਬ ਜਾਣੀ ਹੈ ਵਾਲੋ ਚੰਗੀ ਵਾਲ ਲਬ ਜਾਣੀ ਹੈ ਜੀ ਹਾਂ ਭਲਾ ਜਾਖੇ ਇੱਕ ਵਾਰੀ ਹੋ ਕੇ ਆਉ ਤੂੰ ਮੈਂ ਆਪਣੇ ਬੇਲੀ ਨੂੰ ਖਵਾ ਲਈ ਸਤੂ ਭਲਾ ਹੋ ਕੇ ਆ ਮੇਰੀ ਗਾਲ ਦਸੋਣੋ ਚੌਧਰੀ ਸਾਹਿਬ ਤੁਸੀਂ ਵੀ ਨਾਲ ਆ ਦਵਨ ਵਿੱਚ ਖਵਾਸਾਂ ਗਿਆ ਹਾਲਾ ਹਾਂ ਕਿੱਦੂ ਜਾਣਾ ਹੈ ਐਦੋ ਦੀ ਐਂ ਜਾਂਦੇ ਆਈ ਤੂੰ ਨਹੀਂ ਐਂ ਜਾਓ ਸਵਾਨੀ ਤੇਰੀ ਮੂੰਹ ਅੱਗੇ ਵੱਟੀ ਬੈਠੀ ਓ ਉਸ ਕੀ ਖਵਾਣਾ ਸਾਨੂੰ ਓ ਯਾਰ ਤੁਸੀਂ ਸੁਣੋ ਮੇਰੇ ਹਾਂ ਮੈਂ ਜਾਵਣਾ ਦੋ ਚਵਾਵੇਂ ਹਾਂ ਠੀਕ ਹੋ ਗਿਆ ਤੇ ਤੁਸੀਂ ਭਜਣਾ ਨਾ ਸਣਾ ਨੇ ਆ ਵੱਡੇ ਚੌਧਰੀ ਦਾ ਕੋਈ ਦੇਖਿਆ ਵੱਡਾ ਫੜੋ ਉਹ ਤੇਰੀ ਉਹ ਬੱਸ 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 ਉਹ ਤੂੰ ਛੂੜ ਦੇ ਬੱਚੋ ਛੂੜ ਦੇ ਬੱਚੋ ਬੋਲ ਨਾ ਦੇਖੇ ਨਾ ਤੈਨੂੰ ਕੋਟ ਮਾਰ ਕੇ ਤੇ ਤੈਨੂੰ ਚਲੇਗਾ ਤੂੰ ਹੈ ਹੀ ਇਸ ਕਾਬਲ ਫਿਟੇ ਮੂੰ ਤੇਰੇ ਹੋ ਜੇ ਯਾਰਾ ਤੇ ਬੇਲੀਆਂ ਦੇ ਉੱਤੇ ਜਿਨ੍ਹਾਂ ਨੂੰ ਕੋਲ ਬਿਠਾ ਬਿਠਾ ਕੇ ਖਵਾਨਾ ਹਾਲ ਵੇਲੇ ਡੇਰੇ ਤੇ ਬਿਠਾਈ ਜਾਂਦਾ ਵੇਲੇ ਮਸਟੰਡਿਆਂ ਨੂੰ ਅੱਗੋਂ ਤਾਂ ਕਿਸੇ ਨੇ ਡੇਰੇ ਤੇ ਬਿਠਾਵੀ ਸਈ ਮੈਂ ਤੈਨੂੰ ਵੀ ਉਹਨਾਂ ਦੇ ਨਾਲ ਹੀ ਭੇਜ ਦੇਣਾ ਤੂੰ ਵੀ ਜਾਵੀਂ ਮੁਰਕ ਉਹਨਾਂ ਦੇ ਕੋਲ ਹੀ ਉਹਨਾਂ ਦੇ ਘਰੋਂ ਪੱਕੀਆਂ ਹੋਈਆਂ ਖਾਵੇਂ ਨਾਲ ਹੋਰ ਮਸਟੰਡਿਆਂ ਨੂੰ ਤਿਆਰ ਕੀਤਾ ਹੁੰਦਾ ਉਹਦੇ ਪਾਜਿਆ ਤੁਹਾਨੂੰ ਇੱਥੇ ਲੰਗਰ ਖਵਾਨਾ ਇੱਥੇ ਸਦਾ ਵਰਤ ਲੱਗੀ ਹੋਈ ਹੈ ਲੰਗਰ ਇਹ ਕਿਹਦਾ ਸਾ ਚੜਿਆ ਹੈ ਮੈਂ ਤੈਨੂੰ ਕਿੰਨੀ ਵਾਰੀ ਆਖੇ ਵੀ ਆਪਣੇ ਬੇਲੀਆਂ ਨੇ ਨਾ ਕੋਲ ਬਿਠਾਇਆ ਕਾ ਦੇ ਦੇ ਤੇ ਹਰ ਵੇਲੇ ਉਹਨਾਂ ਨੇ ਬਿਠਾ ਕੇ ਖਵਾਣਾ ਤੇ ਆਣ ਤੇ ਜਾਂਦੀ ਵੇਲੇ ਤੈਨੂੰ ਕੁੱਟ ਕੇ ਗਏ ਲੱਖ ਲਾਣਤ ਇਹੋ ਜੇ ਬੇਲੀਆਂ ਦੇ ਉੱਤੇ ਅੱਲਾ ਦੇ ਬੰਦੇ ਆ ਮੀਆਂ ਬੀਵੀ ਦਾ ਇਸ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ ਕਿ ਇਹਨੂੰ ਕੋਈ ਵੀ ਨਹੀਂ ਜੁਦਾ ਕਰ ਸਕਦਾ ਤੇ ਤੂੰ ਆਪਣੇ ਦੋਸਤਾਂ ਪਿੱਛੇ ਮੈਨੂੰ ਗੱਲਾਂ ਕਰਦਾ ਹਰ ਵੇਲੇ ਮੇਰੀਆਂ ਬੇਇੱਜ਼ਤੀਆਂ ਕਰਦੀਆਂ ਕਰਦਾ ਰਹਿਣਾ ਜਿਹੜੇ ਯਾਰ ਦੋਸਤ ਹੁੰਦੇ ਨਾ ਉਹ ਤੇ ਇੱਕ ਮਿੰਟ ਵਾਸਤੇ ਹੁੰਦੇ ਤੇ ਬੀਵੀ ساری ਜ਼ਿੰਦਗੀ ਦਾ ਸਾਥ ਹੁੰਦਾ ਆਪਣਾ ਕਾਰ ਨਹੀਂ ਬੰਦੇ ਨੂੰ ਖਰਾਬ ਕਰਨਾ ਚਾਹੀਦਾ ਚਲੋ ਠੀਕ ਹੈ ਯਾਰ ਅੱਜ ਤੂੰ ਪਿੱਛੋਂ ਨਾਲ ਮੈਂ ਇੱਥੇ ਨਹੀਂ ਬਿਠਾਵਾਂਗਾ ਇਹ ਤਾਂ ਚੋਰ ਦੇ ਬੱਚੇ ਨਿਕਲੇ ਆ ਹੁਣ ਪਤਾ ਲੱਗਾ ਮੇਰੀ ਨੂੰ ਅੱਜ ਪਤਾ ਲੱਗਾ ਸੋ ਚੋਰ ਦੇ ਬੱਚੇ ਨਿਕਲੇ ਨੂਰੀ ਮੈਂ ਤੈਨੂੰ ਬੜੀ ਬੜੀ ਪਿਆਰ ਨਾਲ ਸਮਝਾਇਆ ਵੀ ਇਹਨਾਂ ਕੰਮਾਂ ਤੋਂ ਬਾਜ਼ ਆ ਜਾ ਇਹ ਯਾਰ ਦੋਸਤ ਛੱਡ ਦੇ ਓ ਯਾਰ ਮੇਰੀ ਚਾਦਰ ਵੀ ਲੈ ਗਏ ਮੇਰੀ ਐਨਕ ਵੀ ਲੈ ਗਏ ਮੇਰੀ ਜੁੱਤੀ ਵੀ ਲੈ ਗਏ ਇਹ ਯਾਰ ਤੈਨੂੰ 100 ਵਾਰੀ ਆਖਿਆ ਕਦੇ ਭੁੱਖੇ ਆਂਦੇ ਤੇ ਆਖੇ ਤੇਰੇ ਕੋਲ ਬੈ ਜੰਦੇ ਵੀ ਹੋਰ ਨਹੀਂ ਤੇ ਖਾ ਪੀ ਆਈਏ ਚੌਧਰੀ ਨੂਰੀ ਕੋ ਹਾਂ